ਮੰਮੀ ਆਹ ਸੂਟ ਤੁਸੀਂ ਮੰਗਾਇਆ? ਹਾਂ ਪੁੱਤ, ਇਹ ਸੂਟ ਮੈਂ ਹੀ ਮੰਗਵਾਇਆ। ਉਹ 5000 ਦਾ ਸੂਟ? ਮੰਮੀ ਤੁਹਾਡਾ ਦਿਮਾਗ ਤਾਂ ਨਹੀਂ ਖਰਾਬ ਹੋ ਗਿਆ? ਪੁੱਤ, ਮੈਨੂੰ ਨਾ ਪਸੰਦ ਆ ਗਿਆ ਸੀ ਇਹ ਸੂਟ, ਤਾਂ ਮੰਗਵਾਇਆ ਮੈਂ। ਮੰਮੀ, ਇੰਨੇ ਮਹਿੰਗੇ ਸੂਟ ਆਪਣੀ ਹੈਸੀਅਤ ਦੇ ਹਿਸਾਬ ਨਾਲ ਪਾਏ ਜਾਂਦੇ ਨੇ। ਜੇ ਇਹ ਸੂਟ ਮਨਦੀਪ ਨੇ ਮੰਗਵਾਇਆ ਹੁੰਦਾ ਤਾਂ ਵੀ ਮੇਰੀ ਸਮਝ ਆਉਂਦੀ, ਪਰ ਤੁਸੀਂ ਕਿਵੇਂ ਮੰਗਵਾ ਲਿਆ ਇੰਨਾ ਮਹਿੰਗਾ ਸੂਟ? ਪੁੱਤ, ਜੇ ਮੈਂ ਇਹ ਸੂਟ ਮੰਗਵਾ ਲਿਆ ਫਿਰ ਕੀ ਹੋ ਗਿਆ? ਮੈਂ ਆਪਣੇ ਸ਼ੌਂਕ ਪੂਰੇ ਨਹੀਂ ਕਰ ਸਕਦੀ। ਮੰਮੀ, ਜੇ ਸ਼ੌਂਕ ਹੀ ਪੂਰੇ ਕਰਨੇ ਨੇ ਤਾਂ ਸਸਤੇ ਸ਼ੌਂਕ ਪੂਰੇ ਕਰੋ, ਇੰਨੇ ਮਹਿੰਗੇ ਸ਼ੌਂਕ, ਉਹ ਵੀ ਮੇਰੇ ਪੈਸਿਆਂ ਤੇ। ਪੁੱਤ, ਤੂੰ ਐ ਕਿਉਂ ਬੋਲਦਾ ਮੈਨੂੰ? ਕਿਉਂਕਿ ਮੈਂ ਨਾ ਦਿਨ ਰਾਤ ਮਿਹਨਤ ਕਰਕੇ ਪੈਸੇ ਕਮਾਉਣਾ, ਆਪਣੇ ਲਈ ਤੇ ਆਪਣੇ ਫਿਊਚਰ ਲਈ, ਤੁਹਾਡੇ ਮਹਿੰਗੇ ਸ਼ੌਂਕ ਪੂਰੇ ਕਰਨ ਵਾਸਤੇ ਨਹੀਂ। ਕੀ ਹੋ ਗਿਆ ਤੁਹਾਨੂੰ? ਕਿਉਂ ਮੰਮੀ ਜੀ ਨੂੰ ਤੁਸੀਂ ਉਲਟਾ ਸਿੱਧਾ ਬੋਲੀ ਜਾਂਦੇ ਹੋ? ਪੁੱਤ, ਆ ਦੇਖ, ਮੰਮੀ ਨੇ 5000 ਦਾ ਸੂਟ ਮੰਗਵਾਇਆ ਹੈ ਤੇ ਮੈਨੂੰ ਤਾਂ ਇਹ ਨਹੀਂ ਸਮਝ ਆ ਰਹੀ ਕਿ ਤੂੰ ਮੰਮੀ ਨੂੰ ਇੰਨਾ ਮਹਿੰਗਾ ਸੂਟ ਕਿਵੇਂ ਮੰਗਵਾ ਦਿੱਤਾ। ਫੇਰ ਕੀ ਹੋ ਗਿਆ? ਜੇ ਮੰਮੀ ਜੀ ਨੇ 5000 ਦਾ ਸੂਟ ਲੈ ਲਿਆ, ਇਹ ਸੂਟ ਮੰਗਵਾਉਣ ਨੂੰ ਨਾ ਮੰਮੀ ਜੀ ਨੂੰ ਮੈਂ ਹੀ ਕਿਹਾ ਸੀ। ਕੀ ਤੂੰ ਵੀ ਮੰਮੀ ਦਾ ਸਾਥ ਦਿੱਤਾ? ਨਾ, ਮੈਨੂੰ ਆਹ ਦੱਸ, ਮੰਮੀ ਨੇ ਇਸ ਉਮਰ 'ਚ ਇੰਨਾ ਮਹਿੰਗਾ ਸੂਟ ਪਾ ਕੇ ਕਿੱਥੇ ਜਾਣਾ ਸੀਗਾ? ਤੁਸੀਂ ਦੋਨੋਂ ਮਿਲ ਕੇ ਨਾ ਮੇਰਾ ਮਿਹਨਤ ਦਾ ਪੈਸਾ ਬਰਬਾਦ ਕਰ ਰਹੇ ਹੋ। ਬਸ ਕਰ ਜਾਓ, ਬਹੁਤ ਹੋ ਗਿਆ। ਇਹ ਸੂਟ ਨਾ ਮੰਮੀ ਨੇ ਤੁਹਾਡੇ ਪੈਸਿਆਂ 'ਚੋਂ ਨਹੀਂ ਮੰਗਵਾਇਆ, ਇਹ ਸੂਟ ਮੰਮੀ ਨੇ ਆਪਣੇ ਪੈਸਿਆਂ ਦਾ ਮੰਗਵਾਇਆ। ਆਪਣੇ ਪੈਸਿਆਂ ਦਾ? ਹਾਂ, ਆਪਣੇ ਪੈਸਿਆਂ ਦਾ। ਉਹ ਮੰਮੀ ਨੂੰ ਪੈਨਸ਼ਨ 'ਚੋਂ ਜੋ ਥੋੜੇ ਬਹੁਤ ਪੈਸੇ ਬਚਦੇ ਸੀ ਨਾ, ਮੰਮੀ ਨੇ ਉਹਨਾਂ ਪੈਸਿਆਂ ਦਾ ਮੰਗਵਾਇਆ ਸੂਟ। ਮੈਂ ਮੰਮੀ ਜੀ ਨੂੰ ਕਹਿੰਦੀ ਰਹਿ ਗਈ ਕਿ ਮੰਮੀ ਜੀ ਸਾਡਾ ਕਾਰਡ ਲੈ ਲਓ, ਸਾਡੇ ਕਾਰਡ ਤੋਂ ਸੂਟ ਮੰਗਵਾ ਲਓ, ਪਰ ਮੰਮੀ ਜੀ ਨੇ ਸਾਫ ਮਨਾ ਕਰਤਾ। ਪਤਾ ਕੀ ਕਹਿੰਦੇ? ਮੇਰਾ ਪੁੱਤ ਬੜੀ ਮਿਹਨਤ ਨਾਲ ਕਮਾਈ ਕਰਦਾ ਤੇ ਉਹਦੇ ਪੈਸੇ ਮੈਂ ਐਂ ਨਹੀਂ ਜਾਇਆ ਜਾਣ ਦਊਂਗੀ। ਤੇ ਤੁਸੀਂ ਬਿਨਾਂ ਸੋਚੇ ਸਮਝੇ ਮੰਮੀ ਜੀ ਨੂੰ ਇੱਕ ਸੂਟ ਪਿੱਛੇ ਇੰਨਾ ਕੁਛ ਸੁਣਾਤਾ ਜਿਹੜਾ ਕਿ ਉਹਨਾਂ ਨੇ ਮੇਰੇ ਕਹਿਣ ਤੇ ਮੰਗਵਾਇਆ ਸੀ। ਪੁੱਤ, ਇੱਕ ਗੱਲ ਕਹਾਂ, ਜਦੋਂ ਤੂੰ ਛੋਟਾ ਜਿਹਾ ਹੁੰਦਾ ਸੀ ਨਾ, ਬਹੁਤ ਜਿੱਦ ਕਰਦਾ ਸੀ, ਮਹਿੰਗੀ ਤੋਂ ਮਹਿੰਗੀ ਚੀਜ਼ ਮੰਗਦਾ ਸੀ। ਜਿਸ ਚੀਜ਼ 'ਤੇ ਤੂੰ ਹੱਥ ਰੱਖ ਦਿੰਦਾ ਸੀ ਨਾ, ਉਹ ਚੀਜ਼ ਮੈਨੂੰ ਦਵਾਉਣੀ ਪੈਂਦੀ ਸੀ, ਬਿਨਾਂ ਸੋਚੇ ਸਮਝੇ ਵੀ ਮੇਰੀ ਹੈਸੀਅਤ ਹੈ ਕਿ ਨਹੀਂ ਇਹ ਚੀਜ਼ ਦਵਾਉਣ ਦੀ। ਫਿਰ ਵੀ ਮੈਂ ਉਹ ਚੀਜ਼ ਤੈਨੂੰ ਲੈ ਕੇ ਦਿੰਦੀ ਸੀ, ਮੈਂ ਕਦੇ ਇਹ ਨਹੀਂ ਸੋਚਿਆ ਵੀ ਇਹ ਚੀਜ਼ ਸਸਤੀ ਹੈ ਕਿ ਮਹਿੰਗੀ ਹੈ। ਅੱਜ ਤੂੰ ਇੱਕ ਛੂਟ ਪਿੱਛੇ ਮੈਨੂੰ ਇੰਨਾ ਕੁਛ ਸੁਣਾ ਰਿਹਾ। ਪੁੱਤ, ਜਦੋਂ ਮਾਂ ਬਾਪ ਬੁੜੇ ਹੋ ਜਾਂਦੇ ਨੇ ਉਦੋਂ ਬੱਚਿਆਂ ਵਾਂਗੂ ਹੀ ਹੋ ਜਾਂਦੇ ਨੇ, ਅਤੇ ਅੱਜ ਮੈਂ ਵੀ ਤੁਹਾਡੇ ਵਾਸਤੇ ਇੱਕ ਬੱਚੇ ਦੇ ਸਮਾਨ ਹੀ ਆ ਗਈ। ਖੈਰ, ਇਹ ਗੱਲ ਤੁਹਾਨੂੰ ਹਜੇ ਸਮਝ ਨਹੀਂ ਆਉਣੀ, ਇਹ ਗੱਲ ਹੋਰ ਸਮਝ ਆਊਗੀ ਜਦੋਂ ਤੁਸੀਂ ਦੋਨੋਂ ਮਾਂ ਬਾਪ ਬਣ ਗਏ। ਸਤਿ ਸ਼੍ਰੀ ਅਕਾਲ ਜੀ। ਵੈਸੇ ਤਾਂ ਇਹ ਵੀਡੀਓ ਆਪਣੇ ਆਪ 'ਚ ਇੱਕ ਬਹੁਤ ਵੱਡਾ ਮੈਸੇਜ ਆ, ਸੋ ਅਸੀਂ ਚਾਹੁੰਦੇ ਹਾਂ
ਕਿ ਤੁਸੀਂ ਇਸ ਮੈਸੇਜ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਓ। ਸੋ ਇਸ ਕਰਕੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਜੀ, ਅਤੇ ਕਮੈਂਟਾਂ ਰਾਹੀਂ ਦੱਸਿਓ ਕਿ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ। ਸੋ ਪੇਜ ਨੂੰ ਫੋਲੋ ਕਰਿਓ। ਸਤਿ ਸ਼੍ਰੀ ਅਕਾਲ ਜੀ।